ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰੋਤਿਓ। ਪ੍ਰੋਗਰਾਮ ਖਬਰ 'ਤੇ ਨਜ਼ਰ, ਅਤੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਜੀ ਬਲਤੇਜ ਪੰਨੂ ਜੀ, ਅਤੇ ਸਾਡੇ ਇਸ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਸਪੋਂਸਰਸ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਨੰਬਰ 408-272-2500, ਗੁਰਦੀਪ ਸਿੰਘ ਬਿਰਦੀ ਜੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਜੀ ਕਲੋਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ, ਸਤਨਾਮ ਸਿੰਘ ਬੇਕਰਸਫੀਲਡ, ਸੁਖਚੈਨ ਸਿੰਘ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ, ਇੱਥੋਂ ਹਰ ਤਰ੍ਹਾਂ ਦੇ ਵੈੱਜ ਨੌਨ ਵੈੱਜ ਇੰਡੀਅਨ ਸਟਾਈਲ ਪੀਜ਼ੇ ਔਡਰ ਕਰ ਸਕਦੇ ਹੋ, ਇਹਨਾਂ ਦੀਆਂ ਸਵੀਟ ਦਾ ਸਵਾਦ ਵੀ ਲੈ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰੋ www.chicagopizzatwist.com। ਅਤੇ ਸਵਾਗਤ ਕਰਦੇ ਹਾਂ ਜੀ ਬਲਤੇਜ ਪੰਨੂ ਜੀ ਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਆਪਾਂ ਖਬਰਾਂ ਵੱਲ ਨਜ਼ਰ ਮਾਰੀਏ ਤਾਂ ਜੀ, ਸਭ ਤੋਂ ਪਹਿਲੀ ਖਬਰ ਸ਼ਗਾਤ ਬੁਖਾਰੀ ਕਤਲ ਮਾਮਲੇ 'ਚ ਇੱਕ ਗ੍ਰਿਫਤਾਰ ਜੀ। ਜੰਮੂ ਕਸ਼ਮੀਰ ਦੇ ਵਿੱਚ ਇੱਕ ਨਾਮਵਰ ਪੱਤਰਕਾਰ ਸ਼ਗਾਤ ਬੁਖਾਰੀ ਜੀ ਦੀ ਕੱਲ੍ਹ ਹੱਤਿਆ ਕਰ ਦਿੱਤੀ ਗਈ ਸੀਗੀ। ਉੱਥੋਂ ਜਿਹੜੇ ਕਿ ਇੱਕ ਅਖਬਾਰ ਰਾਈਜ਼ਿੰਗ ਕਸ਼ਮੀਰ ਉਹ ਪ੍ਰਕਾਸ਼ਿਤ ਕਰਦੇ ਸਨ, ਉਹਨਾਂ ਦੇ ਜਿਹੜਾ ਜਨਾਜ਼ਾ ਸੀਗਾ ਉਹਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਆਏ, ਜਿਹਦੀ ਕਿ ਆਸ ਕਦੇ ਕਿਸੇ ਨੇ ਕੀਤੀ ਨਹੀਂ ਹੋਣੀ। ਸਿਰਫ ਸਿਆਸਤਦਾਨ ਨਹੀਂ, ਆਮ ਲੋਕ ਬਲਕਿ ਉਹਨਾਂ ਦੇ ਜਿਹੜੇ ਵਿਰੋਧੀ ਵੀ ਸੀਗੇ ਉਹ ਵੀ ਇਸ ਜਨਾਜ਼ੇ ਦੇ ਵਿੱਚ ਸ਼ਾਮਿਲ ਹੋਏ। ਲੋਕਾਂ ਨੇ ਸੇਜਲ ਅੱਖਾਂ ਦੇ ਨਾਲ ਇਸ ਪੱਤਰਕਾਰ ਸ਼ਗਾਤ ਬੁਖਾਰੀ ਨੂੰ ਅੰਤਿਮ ਵਿਦਾਇਗੀ ਜਿਹੜੀ ਸੀ ਉਹ ਦਿੱਤੀ। ਜਿਹੜਾ ਉਹਨਾਂ ਦਾ ਅਖਬਾਰ ਹੈ ਰਾਈਜ਼ਿੰਗ ਕਸ਼ਮੀਰ, ਉਹਨੇ ਪਹਿਲੇ ਸਫ਼ੇ ਦੇ ਉੱਤੇ ਬਲੈਕ ਐਂਡ ਵਾਈਟ ਫੋਟੋਆਂ ਜਿਹਨੂੰ ਕਾਲਾ ਬੈਕਗਰਾਉਂਡ ਦਿੱਤਾ ਗਿਆ ਸੀਗਾ ਉਹ ਪਾ ਕੇ ਆਪਣੇ ਮੁੱਖ ਸੰਪਾਦਕ ਨੂੰ ਸ਼ਰਧਾਂਜਲੀ ਭੇਟ ਕੀਤੀ। ਔਰ ਰਾਈਜ਼ਿੰਗ ਕਸ਼ਮੀਰ ਨੇ ਇਹ ਵੀ ਗੱਲ ਜਿਹੜੀ ਜੀ ਦੁਬਾਰਾ ਲਿਖੀ ਆਪਣੀ ਜਿਹੜੀ ਸੀਗੀ ਸੰਪਾਦਕੀ ਉਹਦੇ ਵਿੱਚ ਕਿ ਬੇਬਾਕੀ ਕਰਕੇ ਇਹ ਅਖਬਾਰ ਜਾਣਿਆ ਜਾਂਦਾ, ਔਰ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਉਹ ਬੁਜ਼ਦਲਾਂ ਤੋਂ ਡਰਨ ਵਾਲੇ ਨਹੀਂ। ਉੱਧਰ ਜਿਹੜਾ ਇੱਕ ਵਿਅਕਤੀ ਹੈ ਜੀ ਉਹਨੂੰ ਗ੍ਰਿਫਤਾਰ ਕਰਨ ਦੀਆਂ ਜਿਹੜੀਆਂ ਜੀ ਉਹ ਖਬਰਾਂ ਦੱਸੀਆਂ ਗਈਆਂ ਨੇ, ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈ ਨੇ ਇਹ ਜਿਹੜੀ ਆ ਉਹ ਹੱਤਿਆ ਕਰਵਾਈ ਹੈ, ਜਿੰਨੀ ਕੁ ਅਜੇ ਹਾਲ ਦੀ ਘੜੀ ਸ਼ੁਰੂਆਤੀ ਜਾਣਕਾਰੀ ਜਿੰਨੀ ਕੁ ਮਿਲ ਰਹੀ ਆ। ਜੰਮੂ ਕਸ਼ਮੀਰ ਦੀ ਪੁਲਿਸ ਨੇ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਦੇ ਸ਼ੱਕੀ ਤੌਰ ਦੇ ਉੱਤੇ ਫੋਟੋ ਜਿਹੜੇ ਜਾਰੀ ਕੀਤੇ ਆ, ਇਹਦੇ ਵਿੱਚ ਲਸ਼ਕਰ ਦੇ ਅੱਤਵਾਦੀ ਅਬੂ ਉਸਾਮਾ, ਨਵੀਦ ਜੱਟ ਤੇ ਮਹਿਰਾਜਦੀਨ ਬੰਗਾਰੂ ਦੇ ਰੂਪ ਦੇ ਵਿੱਚ ਹੋਈ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਜਿਹੜਾ ਇੱਕ ਵਿਅਕਤੀ ਅਜੇ ਗ੍ਰਿਫਤਾਰ ਕੀਤਾ ਗਿਆ ਉਹਦੀ ਅਜੇ ਬਹੁਤੀ ਡਿਟੇਲ ਜਿਹੜੀ ਪੁਲਿਸ ਦੇ ਵੱਲੋਂ ਨਹੀਂ ਦੱਸੀ ਗਈ, ਪਰ ਇਹ ਕਿਹਾ ਗਿਆ ਕਿ ਉਹ ਜਿਹੜੇ ਕਾਤਲ ਨੇ ਉਹਨਾਂ ਦੇ ਨੇੜੇ ਤੇੜੇ ਪਹੁੰਚ ਚੁੱਕੀ ਆ ਪੁਲਿਸ ਨੇ, ਜਿੰਨਾ ਕੁ ਦਾਅਵਾ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੀਤਾ। ਰਾਈਜ਼ਿੰਗ ਕਸ਼ਮੀਰ ਜਿਹੜਾ ਅਖਬਾਰ ਜਿਹਨੂੰ ਸ਼ਹਿਜ਼ਾਦ ਬੁਖਾਰੀ ਹੁਰੀ ਚਲਾਉਂਦੇ ਸਨ ਉਹ ਜੰਮੂ ਕਸ਼ਮੀਰ ਦੇ ਵਿੱਚ ਏਕਤਾ ਦੇ ਹਾਮੀਆਂ ਦੇ ਵਿੱਚੋਂ ਇੱਕ ਵੱਡਾ ਜਿਹੜਾ ਜੀ ਅਦਾਰਾ ਕਿਹਾ ਜਾ ਸਕਦਾ ਹੈ। ਸ਼ਹਿਜ਼ਾਦ ਬੁਖਾਰੀ ਹੁਰੀ ਇਹ ਅਖਬਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੁਲਕ ਦੇ ਬਹੁਤ ਵੱਡੇ ਇੰਗਲਿਸ਼ ਦੇ ਅਖਬਾਰ ਦੀ ਹਿੰਦੂ ਅਖਬਾਰ ਦੇ ਵਾਸਤੇ ਵੀ ਪੱਤਰਕਾਰ ਦੇ ਤੌਰ ਦੇ ਉੱਤੇ ਕੰਮ ਕਰਦੇ ਰਹੇ ਨੇ ਜੀ। ਜੀ ਤੇ ਅਗਲੀ ਖਬਰ, ਹਲਕੇ ਮੀਂਹ ਨੇ ਲੋਕਾਂ ਦਾ ਸਾਹ ਸੌਖਾ ਕੀਤਾ। ਪਿਛਲੇ ਕੁਛ ਦਿਨਾਂ ਤੋਂ ਜੋ ਹਾਲਾਤ ਇੱਥੇ ਬਣੇ ਹੋਏ ਨੇ ਇਹ ਠੀਕ ਹੈ ਕਿ ਜਿਹੜਾ ਦਿੱਲੀ ਦੇ ਹਾਲਾਤ ਨੇ ਉਹ ਬਦਤਰ ਨੇ, ਪਰ ਪੰਜਾਬ ਦੇ ਹਾਲਾਤ ਵੀ ਕੋਈ ਬਹੁਤੇ ਸੁਖਾਵੇਂ ਨਹੀਂ। ਪੰਜਾਬ ਦੇ ਵਿੱਚ ਜਿਹੜੀਆਂ ਕੰਸਟਰਕਸ਼ਨ ਨੇ ਉਹਦੇ ਉੱਤੇ ਤੁਰੰਤ ਪਾਬੰਦੀ ਜਿਹੜੀ ਆ ਉਹ ਲਾਈ ਗਈ ਆ। ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਮਿੱਟੀ ਨਾਲ ਰੇਤਾ ਨਾਲ ਸੰਬੰਧਿਤ ਤੁਰੰਤ ਸਾਰੀਆਂ ਜਿਹੜੀਆਂ ਦੀ ਗਤੀਵਿਧੀਆਂ ਬੰਦ ਕੀਤੀਆਂ ਜਾਣ। ਟਰਾਲੀਆਂ ਤੇ ਟਰੱਕਾਂ ਦੇ ਵਿੱਚ ਖੁੱਲੇ ਤੌਰ ਦੇ ਉੱਤੇ ਰੇਤਾ ਤੇ ਮਿੱਟੀ ਨਾ ਲਿਆਂਦੀ ਜਾਵੇ। ਜਿਹੜੇ ਖਿਡਾਰੀ ਨੇ, ਦੌੜਾਕ ਨੇ, ਸੈਰ ਕਰਨ ਵਾਲੇ ਬਜ਼ੁਰਗ ਜਿਹੜੇ ਨੇ ਜੀ ਉਹਨਾਂ ਨੂੰ ਕਸਰਤ ਤੋਂ ਵਰਜ ਦਿੱਤਾ ਗਿਆ ਹੈ ਤਾਂ ਕਿ ਸਾਹ ਦਮੇ, ਦਿਲ ਤੇ ਅੱਖਾਂ ਤੇ ਛਾਤੀ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਘਰਾਂ ਦੇ ਅੰਦਰ ਬੈਠਣ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਆ। ਇਹ ਪਹਿਲੀ ਵਾਰੀ ਹੋਇਆ ਕਿ ਤਕਰੀਬਨ ਤਿੰਨ ਦਿਨ ਜਿਹੜਾ ਇਹ ਰੇਤਾ ਕੱਕਾ ਰੇਤਾ ਜਿਹੜਾ ਸੀਗਾ ਉਹ ਅਸਮਾਨੀ ਚੜਿਆ ਰਿਹਾ, ਉਹ ਵੀ ਇੰਨਾ ਕਿ ਜੇ ਬੂਹਾ ਖੋਲੋ ਤੇ ਝੱਟ ਜਿਹੜੀ ਅੰਦਰ ਜਿਹੜੀ ਉਹ ਰੇਤ ਆ ਜਾਂਦੀ ਸੀਗੀ। ਰਾਜਸਥਾਨ ਦੇ ਨੇੜਲੇ ਪਿੰਡਾਂ ਦੇ ਵਿੱਚ
ਧੂੜ ਭਰੀਆਂ ਹਨੇਰੀਆਂ ਦੀ ਵੱਡੀ ਮਾਰ ਪਈ। ਅਬੋਹਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਸਭ ਤੋਂ ਜ਼ਿਆਦਾ ਜਿਹੜੇ ਜੀ ਉਹ ਪ੍ਰਭਾਵਿਤ ਰਹੇ। ਪੰਜਾਬ ਸਮੁੱਚਾ ਜਿਹੜਾ ਸੀਗਾ ਜੀ ਇਹਦੀ ਮਾਰ ਦੇ ਹੇਠ ਆਇਆ ਰਿਹਾ। ਜਿਹੜੇ 30,000 ਦੇ ਹੈਕਟੇਅਰ ਰਕਬੇ ਦੇ ਵਿੱਚ ਕਿੰਨੂਆਂ ਦੇ ਬਾਗ ਨੇ ਉਹਨਾਂ ਨੂੰ ਬਦਰੰਗ ਕਰਕੇ ਰੱਖ ਦਿੱਤਾ ਇਸ ਰੇਤਾ ਨੇ। ਪਹਿਲਾਂ ਨਹਿਰੀ ਪਾਣੀ ਦੀ ਤੋਟ ਨੇ ਖੇਤਾਂ ਨੂੰ ਤਪਾਇਆ, ਹੁਣ ਰਾਜਸਥਾਨੀ ਕੱਕੇ ਰੇਤਾ ਦੇ ਜਿਹੜਾ ਦੀ ਉਹ ਵਕਤ ਪਾ ਦਿੱਤਾ। ਜਿੰਨੇ ਫੁੱਲ ਫਲ ਦੇਣ ਵਾਲੇ ਬੂਟੇ ਨੇ ਉਹ ਸਾਰੇ ਦੇ ਸਾਰੇ ਰੇਤਾ ਦੇ ਨਾਲ ਭਰੇ ਹੋਏ ਜਿਹੜੇ ਦੀ ਉਹ ਨਜ਼ਰ ਆ ਰਹੇ ਸੀ। ਹਰਾ ਚਾਰਾ ਸਭ ਤੋਂ ਵੱਧ ਮਾਰ ਦੇ ਹੇਠ ਆਇਆ। ਜਿਹੜੇ ਪਸ਼ੂ ਨੇ ਉਹਨਾਂ ਨੇ ਚਾਰਾ ਖਾਣਾ ਬੰਦ ਕਰਤਾ, ਕਿਉਂਕਿ ਹੁਣ ਉਹਨੂੰ ਧੋਤਾ ਕਿਵੇਂ ਜਾਵੇ। ਸਾਰੇ ਦਾ ਸਾਰਾ ਰੇਤਾ ਦੇ ਨਾਲ ਜਿਹੜਾ ਦੀ ਉਹ ਲਿਬੜਿਆ ਸੀਗਾ। ਲੈ ਦੇ ਕੇ ਟੇਕ ਜਿਹੜੀ ਸੀਗੀ ਜੀ ਉਹ ਕੁਦਰਤ ਦੇ ਉੱਤੇ ਸੀ, ਨੇਚਰ ਦੇ ਉੱਤੇ ਸੀ। ਰਾਤ ਪੰਜਾਬ ਦੇ ਕਾਫੀ ਸਾਰੇ ਹਿੱਸਿਆਂ ਦੇ ਵਿੱਚ ਹਲਕਾ ਜਿਹੜਾ ਦੀ ਉਹ ਮੀਂਹ ਪਿਆ। ਇਹਨੇ ਇਹ ਧੂੜ ਜਿਹੜੀ ਆ ਜੀ ਇਹ ਧੋਤੀ ਆ, ਕੁਛ ਇਹਦੇ ਨਾਲ ਕੁਛ ਰਾਹਤ ਜਿਹੜੀ ਆ ਜੀ ਉਹ ਮਿਲੀ ਆ। ਜਿਹੜਾ ਮੌਸਮ ਵਿਭਾਗ ਹੈ ਉਹ ਕਹਿੰਦਾ ਕਿ ਆਉਂਦੇ ਇੱਕ ਅੱਧੇ ਦਿਨ ਦੇ ਵਿੱਚ ਕੁਛ ਹੋਰ ਰਾਹਤ ਜਿਹੜੀ ਆ ਉਹ ਹਲਕੇ ਮੀਂਹ ਦੇ ਨਾਲ ਮਿਲ ਸਕਦੀ ਆ। ਬੇਸ਼ੱਕ ਇਹਦੇ ਨਾਲ ਜਿਹੜੀ ਗਰਮੀ ਤੋਂ ਤਾਂ ਬਹੁਤ ਜ਼ਿਆਦਾ ਰਾਹਤ ਨਹੀਂ ਮਿਲੂਗੀ, ਗਰਮੀ ਮੁੜ ਕੇ ਪੈਣ ਲੱਗ ਜੂਗੀ, ਪਰ ਕਮ ਸੇ ਕਮ ਜਿਹੜਾ ਇਹ ਗਵਾਰ ਚੜਿਆ ਹੋਇਆ, ਜਿਹੜਾ ਰੇਤਾ ਚੜਿਆ ਹੋਇਆ ਅਸਮਾਨ ਦੇ ਉੱਤੇ, ਉਹਦੇ ਤੋਂ ਕੁਛ ਰਾਹਤ ਜਿਹੜੀ ਹੈ ਜੀ ਉਹ ਮਿਲ ਸਕਦੀ ਹੈ। ਸੜਕਾਂ ਦੇ ਉੱਤੇ ਟ੍ਰੈਫਿਕ ਜਿਹੜਾ ਜੀ ਉਹ ਨਾ ਮਾਤਰ ਮਿਲਿਆ। ਪੰਜਾਬ ਦੇ ਵਿੱਚ ਵੈਸੇ ਘੱਟ ਇੰਨਾ ਜ਼ਿਆਦਾ ਤਾਂ ਮਾਸਕ ਪਹਿਲਾਂ ਨਹੀਂ ਪਾਏ ਜਾਂਦੇ, ਪਰ ਹਰ ਜਗ੍ਹਾ ਦੇ ਉੱਤੇ ਲੋਕ ਮਾਸਕ ਪਾ ਕੇ ਜਿਹੜੇ ਜੀ ਉਹ ਫਿਰਦੇ ਨਜ਼ਰ ਆਏ। ਜਿਹੜੇ ਟ੍ਰੈਫਿਕ ਵਾਲੇ ਪੁਲਿਸ ਵਾਲੇ ਨੇ ਜੀ ਉਹਨਾਂ ਨੂੰ ਵੀ ਤੀਰੇ ਤੀਰੇ ਮਾਸਕ ਜਿਹੜੇ ਸੀਗੇ ਉਹ ਦਿੱਤੇ ਗਏ, ਤਾਂ ਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਖਰਾਬ ਨਾ ਹੋਵੇ। ਇਹਦਾ ਅਸਰ ਸਿੱਧਮ ਸਿੱਧਾ ਸਮੁੱਚੇ ਪੰਜਾਬ ਦੇ ਵਿੱਚ ਚੁਫੇਰੇ ਜਿਹੜਾ ਉਹ ਵੇਖਣ ਨੂੰ ਮਿਲਿਆ। ਦਰਬਾਰ ਸਾਹਿਬ ਸਮੂਹ ਦੇ ਵਿੱਚ ਵੀ ਇਹ ਜਿਹੜਾ ਰੇਤੇ ਦਾ ਹਮਲਾ ਸੀਗਾ ਜੀ ਉਹ ਰਿਹਾ, ਔਰ ਬਾਰ ਬਾਰ ਜਿਹੜਾ ਜੀ ਫਰਸ਼ ਧੋਤਾ ਜਾ ਰਿਹਾ ਸੀਗਾ। ਪਰ ਇਸਦੇ ਨਾਲ ਨਾਲ ਜੇ ਗੱਲ ਕਰੀਏ ਹਵਾ ਵਿਚਲੇ ਪ੍ਰਦੂਸ਼ਣ ਦੀ, ਤਾਂ ਅੰਮ੍ਰਿਤਸਰ ਸਭ ਤੋਂ ਮਾੜਾ ਜਿਹੜਾ ਜੀ ਉਹ ਰਿਹਾ। ਔਰ ਇਹ ਧੂੜ ਜਿਹੜੀ ਆ ਪਹਾੜਾਂ ਦੇ ਐਨ ਨੇੜੇ ਵਸੇ ਰੋਪੜ ਡਿਸਟ੍ਰਿਕਟ ਤੱਕ ਵੀ ਜਿਹੜੀ ਜੀ ਉਹ ਪਹੁੰਚੀ। ਜਿਹੜਾ ਸਹੀ ਅੰਕੜਾ ਸਾਹ ਲੈਣ ਵਾਲਾ ਉਹ 50 ਮੰਨਿਆ ਜਾਂਦਾ, ਪਰ 100 ਦੇ ਅੰਕੜੇ ਤੱਕ ਵੀ ਇਹ ਕਿਹਾ ਜਾਂਦਾ ਵੀ ਚਲੋ ਨੁਕਸਾਨ ਨਹੀਂ ਹੁੰਦਾ, ਫਿਰ ਵੀ ਬੰਦਾ ਤੁਰਿਆ ਫਿਰਦਾ। ਪਰ ਕੇਸ ਲੈਵਲ ਤੱਕ ਪੰਜਾਬ ਦੀ ਆਬੋ ਹਵਾ ਜਿਹੜੀ ਉਹ ਗੰਦੀ ਹੋ ਗਈ 4 ਗੁਣਾ ਇਹਦੇ ਤੋਂ ਜਿਹੜਾ ਜ਼ਿਆਦਾ। ਲੁਧਿਆਣੇ ਦੇ ਵਿੱਚ 443, ਅੰਮ੍ਰਿਤਸਰ ਦੇ ਵਿੱਚ 454, ਮੰਡੀ ਗੋਬਿੰਦਗੜ੍ਹ ਦੇ ਵਿੱਚ 440, ਖੰਨੇ 'ਚ 399, ਪਟਿਆਲੇ ਦੇ ਵਿੱਚ 403, ਰੂਪਨਗਰ ਦੇ ਵਿੱਚ 417 ਤੱਕ ਜਿਹੜਾ ਜੀ ਉਹ ਪਹੁੰਚ ਗਈ। ਥੋੜੇ ਜਿਹੇ ਮੀਂਹ ਨੇ ਮਾੜਾ ਮੋਟਾ ਅਸਰ ਪਾਇਆ, ਪਰ ਕਈ ਮਹੀਨਿਆਂ ਦੇ ਵਿੱਚ ਇਸ ਧੂੜ ਭਰੀ ਕੱਚੀ ਰੇਤਾ ਦਾ ਅਸਰ ਜਿਹੜਾ ਜੀ ਆਉਂਦੇ ਮਹੀਨਿਆਂ ਦੇ ਦੌਰਾਨ ਪਤਾ ਲੱਗੂਗਾ, ਕਿਉਂਕਿ ਇਹਦੇ ਲੱਗਣ ਵਾਲੀਆਂ ਕਈ ਬਿਮਾਰੀਆਂ ਡਾਕਟਰਾਂ ਦੇ ਅਨੁਸਾਰ ਕੁਛ ਮਹੀਨਿਆਂ ਤੋਂ ਬਾਅਦ ਹੀ ਜਿਹੜਾ ਜੀ ਉਹ ਪਤਾ ਲੱਗਣੀਆਂ ਜੀ। ਤੇ ਪਾਵਰਕੌਮ ਦੇ ਆਡਿਟ ਖਾਤਿਆਂ 'ਚ ਕਰੋੜਾਂ ਦੀ ਹੇਰ ਫੇਰ। ਪਾਵਰਕੌਮ ਹਮੇਸ਼ਾ ਹੀ ਚਰਚਾ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹਿੰਦਾ। ਪਿਛਲੀ ਸਰਕਾਰ ਦੇ ਮੌਕੇ ਕੁਛ ਜ਼ਿਆਦਾ ਚਰਚਾ ਦੇ ਵਿੱਚ ਸੀਗਾ। ਆਡਿਟ ਹੋਣ ਦੀਆਂ ਗੱਲਾਂ ਤਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ, ਮਹਿੰਗੀ ਬਿਜਲੀ ਜਿਹੜੀ ਆ ਉਹ ਪਾਵਰਕੌਮ ਨੇ ਕਿਉਂ ਖਰੀਦੀ, ਜਿਹੜੇ ਵੱਖ ਵੱਖ ਥਾਵਾਂ ਦੇ ਉੱਤੇ ਥਰਮਲ ਪਲਾਂਟ ਲਾਏ ਗਏ ਆ, ਉਦੋਂ ਸਸਤੀ ਤਾਂ ਬਾਹਰੋਂ ਮਿਲਦੀ ਸੀਗੀ, ਫਿਰ ਇਹ ਕਿਉਂ ਖਰੀਦੀ ਗਈ, ਕਈ ਕੁਛ ਜਿਹੜਾ ਉਹ ਚੱਲਦਾ ਰਿਹਾ। ਹੁਣ ਇੱਕ ਸਾਲ ਦੇ ਵਿੱਚ ਪਾਵਰਕੌਮ ਦੇ ਖਾਤਿਆਂ 'ਚ 1235 ਕਰੋੜ ਰੁਪਈਏ ਦਾ ਭੁਗਤਾਨ ਕੀਤਾ ਗਿਆ, ਜਿਹਦੇ ਵਿੱਚ ਕਰੋੜਾਂ ਰੁਪਈਏ ਦੀ ਗੜਬੜੀ ਹੋਣ ਦੀਆਂ ਖਬਰਾਂ ਨੇ। ਇਹ ਘੁਟਾਲਾ ਪਾਵਰਕੌਮ ਦੇ ਅਫਸਰਾਂ, ਕੋਲਾ ਸਪਲਾਈ ਕਰਨ ਵਾਲੀ ਝਾਰਖੰਡ ਦੀ ਕੰਪਨੀ ਐਮਟਾ ਦੀ ਮਿਲੀ ਭੁਗਤ ਦੇ ਨਾਲ ਕੀਤਾ ਗਿਆ ਦੱਸਿਆ ਜਾਂਦਾ। ਵਿਧਾਨ ਸਭਾ ਦੀ ਸਭਾ ਦੀਆਂ 16 ਵਿਧਾਇਕਾਂ ਵਾਲੀ ਕਮੇਟੀ ਨੇ 4 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਨਵੀਂ ਰਿਪੋਰਟ ਫਾਈਲ ਕੀਤੀ ਹੈ। ਕਮੇਟੀ ਨੇ ਪਾਵਰਕੌਮ ਦੇ 13-14 ਦੇ ਖਾਤਿਆਂ ਦਾ ਆਡਿਟ ਕੀਤਾ ਹੈ। ਇਹ ਮਾਮਲਾ ਪਿਛਲੇ ਸਾਲ ਜਿਹੜਾ ਜੀ ਉਹ ਸੌਂਪਿਆ ਗਿਆ ਸੀਗਾ। ਰਿਪੋਰਟ ਦੇ ਵਿੱਚ ਪਾਵਰਕੌਮ ਅਫਸਰਾਂ ਦੇ ਉੱਤੇ ਕਈ ਗੰਭੀਰ ਕਿਸਮ ਦੇ ਦੋਸ਼ ਲਾਏ ਗਏ ਆ। ਇਹ ਦੱਸਿਆ ਗਿਆ ਕਿ 1 ਸਾਲ ਤੱਕ ਇਹ ਖੇਡ ਚੱਲਦਾ ਰਿਹਾ, ਕਿਸੇ ਨੇ ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਕਮੇਟੀ ਨੇ ਕੈਗ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਜਾਂਚ ਕੀਤੀ ਹੈ। ਅਕਾਲੀ ਭਾਜਪਾ ਸਰਕਾਰ ਦੇ ਵੇਲੇ ਕੈਗ ਨੇ ਕਿਹਾ ਸੀਗਾ ਕਿ ਝਾਰਖੰਡ ਦੀ ਪੱਚੂਵਾੜਾ ਕੋਇਲਾ ਜਿਹੜੀ ਖਾਣ ਹੈ ਇੱਥੋਂ ਪਾਵਰਕੌਮ ਨੂੰ ਕਰੋੜਾਂ ਦਾ ਨੁਕਸਾਨ ਹੋਇਆ, ਪਰ ਇਹ ਰਿਪੋਰਟ ਦੱਬ ਦਿੱਤੀ ਗਈ। 15 ਦੇ ਵਿੱਚ ਇਹ ਖੱਡ ਬੰਦ ਹੋ ਗਈ, ਜਿਹਦੇ ਕਰਕੇ ਪਾਵਰਕੌਮ ਸਾਲਾਨਾ 600 ਤੋਂ 700 ਕਰੋੜ ਰੁਪਈਏ ਖਰਚ ਕਰਕੇ ਕੋਲ ਇੰਡੀਆ ਤੋਂ ਮਹਿੰਗਾ ਕੋਲਾ ਖਰੀਦ ਰਿਹਾ। ਜੇ ਪੈਸੇ ਬਚੇ ਹੁੰਦੇ ਤਾਂ 20 ਪੈਸੇ ਯੂਨਿਟ ਬਿਜਲੀ ਹੋਰ ਜਿਹੜੀ ਉਹ ਸਸਤੀ ਮਿਲ ਸਕਦੀ ਸੀਗੀ।
ਇਹ ਜਿਹੜੀ ਖਾਨ ਸੀਗੀ ਕੋਲੇ ਦੀ, ਇਹਦੇ ਕੋਲ ਰੇਲਵੇ ਟਰੈਕ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਹੈਗਾ, ਜਿਹਦੇ ਨਾਲ 35 ਕਿਲੋਮੀਟਰ ਦੂਰ ਪਾਕੁਰ ਜ਼ਿਲ੍ਹੇ ਦੇ ਵਿੱਚ ਟਰੱਕਾਂ ਤੋਂ ਕੋਲਾ ਲੋਡ ਕਰਕੇ ਲਿਜਾਇਆ ਜਾਂਦਾ ਸੀ, ਜਿਹਦੇ ਕਰਕੇ ਢੋਆ ਢੁਆਈ ਦਾ ਖਰਚਾ ਵਧਿਆ। ਇਹਦੇ ਵਿੱਚ ਜਿਹੜੇ ਟਰੱਕਾਂ ਤੋਂ ਰੋਜ਼ 400 ਤੋਂ 500 ਟਨ ਕੋਲਾ ਚੋਰੀ ਹੋ ਜਾਂਦਾ ਸੀਗਾ। ਚੋਰੀ ਦਾ ਕੋਲਾ ਵੈਸਟ ਬੰਗਾਲ ਦੇ ਵਿੱਚ ਵੇਚਿਆ ਗਿਆ। 2009 ਤੋਂ 2013 ਤੱਕ ਇਹ ਢੋਆ ਢੁਆਈ ਦੇ ਉੱਤੇ 523 ਕਰੋੜ ਰੁਪਈਏ ਖਰਚ ਹੋਏ। ਇਹ ਕਿਹਾ ਗਿਆ ਜੀ ਕਿ ਆਪਣੇ ਆਪ ਦੇ ਵਿੱਚ ਗੜਬੜ ਸੀਗੀ, ਜਾਣ ਬੁੱਝ ਕੇ ਉੱਥੋਂ ਇਹ ਉਸ ਖੱਡ ਤੋਂ ਕੋਲਾ ਲਿਆ ਗਿਆ ਤਾਂ ਕਿ ਢੋਆ ਢੁਆਈ ਦੇ ਵਿੱਚੋਂ ਵੀ ਪੈਸਾ ਗਬਨ ਜਿਹੜਾ ਜੀ ਉਹ ਕੀਤਾ ਜਾ ਸਕੇ। ਐਮਪਾ ਕੰਪਨੀ ਜਿਹੜੀ ਕੇਂਦਰ ਨੂੰ ਟੈਕਸ ਦੇ 391 ਕਰੋੜ ਰੁਪਈਏ ਦੇਣੇ ਸੀਗੇ, ਪਾਵਰਕੌਮ ਨੇ ਉਹਦੇ ਤੋਂ ਕਰਜ਼ ਲੈ ਕੇ ਜਿਹੜਾ ਜੀ ਇਹ ਭਰਿਆ। ਔਰ ਇਸ ਕੰਪਨੀ ਨੇ ਕੋਲੇ ਦਾ ਵਜ਼ਨ ਤੋਲਣ ਦਾ ਜਿਹੜਾ ਕੰਡਾ ਵੀ ਨਹੀਂ ਚਲਾਇਆ, ਜਿਹਦੇ ਕਰਕੇ 8.8 ਘੱਟ ਕੋਲਾ ਸਪਲਾਈ ਜਿਹੜੀ ਉਹ ਹੋਈ। ਔਰ ਇਹ ਵੱਡੀਆਂ ਗੜਬੜੀਆਂ ਜਿਹੜੀਆਂ ਜੀ 14 ਦੇ ਦੌਰਾਨ ਹੋਈਆਂ ਦੱਸੀਆਂ ਜਾਂਦੀਆਂ ਨੇ ਜੀ। ਬਾਕੀ ਸਾਰਾ ਕੁਛ ਰਹਿੰਦਾ ਵੀ ਆਡਿਟ ਜਿਹੜਾ ਜੀ ਹੋ ਜਾਂਦਾ ਤੇ ਪਤਾ ਨੀ ਕਿੰਨੇ 100 ਕਰੋੜ ਰੁਪਈਏ ਦੇ ਉੱਤੇ ਇਹ ਜਿਹੜਾ ਜੀ ਹੇਰਾਫੇਰੀ ਜਾ ਲੱਗਣੀ ਜੀ। ਤੇ ਅਗਲੀ ਖਬਰ ਜੀ, ਅਖੌਤੀ ਸਾਧ ਦਾਤੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ। ਪਿਛਲੇ ਕੁਛ ਸਮੇਂ ਤੋਂ ਇਹ ਜਿਹੜਾ ਜੀ ਚਰਚਿਤ ਹੈ ਅਖੌਤੀ ਜਿਹੜਾ ਸਾਧ, ਪੁਲਿਸ ਉਹਨੂੰ ਲੱਭਣ ਦੇ ਵਾਸਤੇ ਜਿਹੜਾ ਜੀ ਉਹ ਤਰਲੋ ਮੱਛੀ ਤਾਂ ਹੋ ਰਹੀ ਆ, ਪਰ ਉਹਦਾ ਅਜੇ ਤੱਕ ਕੋਈ ਸੌ ਪਤਾ ਜਿਹੜਾ ਜੀ ਉਹ ਨਹੀਂ ਲੱਗ ਰਿਹਾ। ਪਿਛਲੇ 2 ਕੁ ਦਿਨ ਪਹਿਲਾਂ ਉਹਦੇ ਬਾਰੇ ਦੇ ਵਿੱਚ ਲੁੱਕ ਆਊਟ ਸਰਕੂਲਰ ਜਿਹੜਾ ਵੀ ਉਹ ਜਾਰੀ ਕੀਤਾ ਗਿਆ ਉਹਨੂੰ ਲੱਭਣ ਦੇ ਵਾਸਤੇ ਕਿ ਉਹ ਉਹਨੂੰ ਲੱਭਿਆ ਜਾਵੇ ਕਿ ਉਹ ਕਿਸ ਜਗ੍ਹਾ ਦੇ ਉੱਤੇ ਆ, ਪਰ ਉਹਦਾ ਅਜੇ ਕੁਛ ਵੀ ਜਿਹੜਾ ਵੀ ਉਹ ਪਤਾ ਨਹੀਂ ਲੱਗਿਆ। ਦਿੱਲੀ ਦੀ ਪੁਲਿਸ ਨੇ ਰਾਜਸਥਾਨ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਮਦਦ ਜਿਹੜੀ ਆ ਜੀ ਉਹ ਮੰਗੀ ਆ। ਜਬਰ ਜਨਾਹ ਦੇ ਦੋਸ਼ਾਂ ਦੇ ਵਿੱਚ ਘਿਰਿਆ ਸ਼ਨੀ ਧਾਮ ਦਾ ਜਿਹੜਾ ਜੀ ਇਹ ਦਾਤੀ ਮਹਾਰਾਜ, ਇਹਦਾ ਅਸਲੀ ਨਾਮ ਮਦਨ ਲਾਲ ਹੈ, ਉਹਨੇ ਇੱਕ ਬਿਆਨ ਜਾਰੀ ਕਰਕੇ ਇਹ ਕਿਹਾ ਕਿ ਉਹ ਕਿਤੇ ਭੱਜੂਗਾ ਨਹੀਂ, ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੇ ਵਾਸਤੇ ਉਹਨੂੰ ਸਮਾਂ ਚਾਹੀਦਾ, ਕਿਉਂਕਿ ਉਹਦੇ ਆਸ਼ਰਮ 'ਚ ਰਹਿਣ ਵਾਲੇ ਬੱਚਿਆਂ ਦੇ ਵਾਸਤੇ ਰੋਟੀ ਵਗੈਰਾ ਦੀ ਸਾਲ ਭਰ ਦੀ ਵਿਵਸਥਾ ਜਿਹੜੀ ਹੈ ਜੀ ਉਹ ਕਰਨੀ ਹੈ। ਔਰ ਉਹਨੇ ਇਹ ਵੀ ਗੱਲ ਕਹੀ ਹੈ ਕਿ 25 ਸਾਲਾ ਕੁੜੀ ਨੇ ਜਬਰ ਜਨਾਹ ਦਾ ਦੋਸ਼ ਉਹਦੇ ਉੱਤੇ ਜਿਹੜਾ ਜੀ ਉਹ ਲਾਇਆ। ਇਹਦੀ ਇਸ ਮਾਮਲੇ ਵਿੱਚ ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਉਹ ਜਾਂਚ ਕਰ ਰਹੀ ਹੈ। ਪਾਲੀ ਦੇ ਵਿੱਚ ਸਥਿਤ ਆਲਾਵਾਸ ਆਸ਼ਰਮ ਦੇ ਵਿੱਚ ਦਾਤੀ ਮਹਾਰਾਜ ਸ਼ੁੱਕਰਵਾਰ ਤੋਂ ਮੁੜ ਕੇ ਜਿਹੜਾ ਜੀ ਨਜ਼ਰ ਨਹੀਂ ਆਇਆ, ਹਾਲਾਂਕਿ ਵਿੱਚ ਵਿੱਚ ਉਹ ਗਾਇਬ ਵੀ ਜਿਹੜਾ ਜੀ ਉਹ ਰਿਹਾ। ਉਹਨੇ ਇਹ ਗੱਲ ਕਹੀ ਆ ਕਿ 22 ਸਾਲਾਂ ਤੋਂ ਕੰਨਿਆ ਭਰੂਣ ਹੱਤਿਆ ਦੇ ਖਿਲਾਫ਼ ਉਹ ਮੁਹਿੰਮ ਚਲਾ ਰਿਹਾ, ਇਹ ਆਸ਼ਰਮ ਚਲਾ ਰਿਹਾ ਔਰ ਇਹਦੇ ਲਈ ਦੇਸ਼ ਦੇ ਸੰਵਿਧਾਨ ਤੇ ਪੁਲਿਸ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ। ਹੁਣ ਇਹ ਵੀ ਗੱਲ ਕਹੀ ਕਿ ਜੇ ਮੈਂ ਭੱਜਣਾ ਹੁੰਦਾ ਤਾਂ ਪਹਿਲਾਂ ਭੱਜ ਜਾਂਦਾ, ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੈਂ ਇੱਥੇ ਹੀ ਹਾਂ ਤੇ ਲੋਕਾਂ ਨੂੰ ਮਿਲ ਰਿਹਾ। ਉਹਨੇ ਇਹ ਵੀ ਗੱਲ ਕਹੀ ਆ ਕਿ ਬੱਚਿਆਂ ਦੀ ਵਿਵਸਥਾ ਦੇ ਵਿੱਚ ਉਹ ਜਿਹੜਾ ਜੀ ਉਹ ਲੱਗਿਆ ਹੋਇਆ। ਪੁਲਿਸ ਕਹਿੰਦੀ ਹੈ ਕਿ ਇਹ ਉਹਨੇ ਮਹਿਜ ਬਿਆਨ ਜਾਰੀ ਕੀਤਾ ਜਦੋਂ ਕਿ ਉਹ ਸਾਹਮਣੇ ਨਹੀਂ ਆਇਆ। ਪੁਲਿਸ ਨੇ ਇਸ ਗੱਲ ਦਾ ਵੀ ਖਦਸ਼ਾ ਜਿਹੜਾ ਉਹ ਪ੍ਰਗਟ ਕੀਤਾ ਹੈ ਕਿ ਉਹ ਸ਼ਾਇਦ ਇੱਥੋਂ ਮੁਲਕ ਦੇ ਵਿੱਚੋਂ ਜਿਹੜਾ ਜੀ ਉਹ ਭੱਜ ਗਿਆ, ਕਿਸੇ ਬਾਹਰਲੇ ਮੁਲਕ ਦੇ ਵਿੱਚ ਚਲੇ ਗਿਆ, ਜਦੋਂ ਕਿ ਉਹਨੇ ਇਹ ਗੱਲ ਕਹੀ ਹੈ ਕਿ ਉਹ ਕਿਸੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਜਾਣ ਨਹੀਂ ਲੱਗਿਆ। ਪੁਲਿਸ ਨੇ ਰਾਜਸਥਾਨ ਦੀ ਸਰਕਾਰ ਤੋਂ ਜਾਣਕਾਰੀ ਜਿਹੜੀ ਹੈ ਜੀ ਉਹ ਮੰਗੀ ਹੈ, ਕਿਉਂਕਿ ਹੁਣ ਤੱਕ ਦੇ ਉਹਦੇ ਰਿਕਾਰਡ ਖੰਡਾਲੇ ਗਏ ਆ। ਉਹਦੇ ਵਿੱਚ ਪਾਲੀ ਜ਼ਿਲ੍ਹੇ ਦੇ ਆਲਾਵਾਸ ਆਸ਼ਰਮ ਸਣੇ ਉਹਦੀਆਂ ਕਈ ਤਰ੍ਹਾਂ ਦੀਆਂ ਸੂਚਨਾਵਾਂ ਜਿਹੜੀਆਂ ਮਿਲੀਆਂ ਨੇ ਪੁਲਿਸ ਨੂੰ। ਦਿੱਲੀ ਤੇ ਰਾਜਸਥਾਨ ਦੇ ਕਈ ਜਿਹੜੇ ਦੀ ਵਕੀਲ ਪਹੁੰਚੇ, ਇਸ ਬਾਰੇ ਚ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਗਿਆ। ਇਹ ਵੀ ਪਹਿਲਾਂ ਅਫਵਾਹ ਉੱਡੀ ਕਿ ਸ਼ਾਇਦ ਰਾਜਸਥਾਨ ਦੇ ਵਿੱਚ ਪੁਲਿਸ ਨੇ ਉਹਦਾ ਜਿਹੜਾ ਜੀ ਪਤਾ ਲਾ ਲਿਆ, ਪਰ ਬਾਅਦ ਦੇ ਵਿੱਚ ਇਹ ਮਹਿਜ਼ ਅਫਵਾਹ ਜਿਹੜੀ ਸੀ ਉਹ ਨਿਕਲੀ। ਅਜੇ ਤੱਕ ਦਾਤੀ ਮਹਾਰਾਜ ਜਿਹੜਾ ਜੀ ਉਹਦਾ ਕੁਛ ਪੁਲਿਸ ਦੇ ਕੋਲੇ ਪਤਾ ਨਹੀਂ ਲੱਗਿਆ ਕਿ ਇਹ ਕਿਸ ਜਗ੍ਹਾ ਦੇ ਉੱਤੇ ਲੁਕਿਆ ਹੈ ਜੀ। ਤੇ CBI ਦੀ ਹਾਈ ਕੋਰਟ ਪਟੀਸ਼ਨ ਨੇ ਜੋਧਪੁਰੀ ਬੇਚੈਨ ਕੀਤੇ। ਐਕਚੁਲੀ ਜੋਧਪੁਰ ਦੀ ਜੇਲ੍ਹ ਦੇ ਵਿੱਚ ਜਿਹੜੇ ਲੋਕ ਬੰਦ ਰਹੇ ਨੇ, 84 ਵਿਆਂ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ, ਉਹਨਾਂ ਦੀ ਕਾਫੀ ਵੱਡੀ ਗਿਣਤੀ ਸੀਗੀ। ਔਰ ਇਹਨਾਂ ਦੀ ਜਿਹੜੀ ਅਜੀ ਜਿਹੜੇ ਇਹਨਾਂ ਨੇ ਹੇਠਲੀ ਅਦਾਲਤ ਤੋਂ ਮਾਮਲਾ ਜਿੱਤਿਆ ਸੀਗਾ। ਜੋਧਪੁਰ ਜੇਲ੍ਹ ਦੇ ਨਜ਼ਰਬੰਦ ਸਿੱਖਾਂ ਨੂੰ ਹੇਠਲੀ ਅਦਾਲਤ ਦੇ ਫੈਸਲੇ ਦੇ ਮੁਤਾਬਕ ਦਿੱਤੀ ਜਾਣ ਵਾਲੀ ਸਰਕਾਰੀ ਮੁਆਵਜ਼ੇ ਦੇ ਖਿਲਾਫ਼ CBI ਦੇ ਵੱਲੋਂ ਉੱਚ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਅਪੀਲ ਇਹਨਾਂ ਦੇ ਵਾਸਤੇ ਇੱਕ ਵਾਰੀ ਫਿਰ ਸਿਰਦਰਦੀ ਜਿਹੜੀ ਹੈ ਜੀ ਉਹ ਬਣ ਰਹੀ ਆ। ਹੁਣ ਇਹਨਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਸੂਬਾ ਤੇ ਕੇਂਦਰ ਸਰਕਾਰ ਦੇ ਕੋਲੇ ਪਹੁੰਚ ਕਰਨ ਲਈ ਜੱਦੋਜਹਿਦ ਸ਼ੁਰੂ ਕੀਤੀ ਹੈ। 40 ਸਿੱਖਾਂ ਨੂੰ ਲੰਬਾ ਸਮਾਂ ਜੋਧਪੁਰ ਜੇਲ੍ਹ ਦੇ ਵਿੱਚ ਬੇਲੋੜਾ ਨਜ਼ਰਬੰਦ ਰੱਖਣ ਦੇ ਖਿਲਾਫ਼ ਸੈਸ਼ਨ ਕੋਰਟ ਨੇ 2017 ਦੇ ਵਿੱਚ
ਹੁਕਮ ਜਿਹੜੇ ਅਸੀਂ ਉਹ ਦਿੱਤੇ ਸੀਗੇ ਕਿ ਸੂਬਾ ਸਰਕਾਰ ਇਹਨਾਂ ਨੂੰ ਮੁਆਵਜ਼ੇ ਵਜੋਂ 6% ਵਿਆਜ ਸਣੇ 4 ਲੱਖ ਰੁਪਈਏ ਪ੍ਰਤੀ ਵਿਅਕਤੀ ਮੁਆਵਜ਼ਾ ਦੇਵੇ। ਇਹਨਾਂ ਸਿੱਖਾਂ ਨੂੰ June 84 ਦੇ ਵਿੱਚ ਸਾਕਾ ਨੀਲਾ ਤਾਰਾ ਦੇ ਦੌਰਾਨ ਹਰਿਮੰਦਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਟ੍ਰਾਇਲ ਦੇ ਆਧਾਰ ਤੇ ਲੰਮਾ ਸਮਾਂ ਜੋਧਪੁਰ ਜੇਲ੍ਹ 'ਚ ਨਜ਼ਰਬੰਦ ਰੱਖਿਆ ਗਿਆ ਸੀ। 1999 ਦੇ ਵਿੱਚ ਰਿਹਾਅ ਹੋਏ ਲਗਭਗ 200 ਇਸ ਤਰ੍ਹਾਂ ਦੇ ਸਿੱਖਾਂ ਦੇ ਵੱਲੋਂ ਹੇਠਲੀ ਅਦਾਲਤ ਦੇ ਵਿੱਚ ਨਿਆਂ ਪ੍ਰਾਪਤੀ ਦੇ ਵਾਸਤੇ ਕੇਸ ਜਿਹੜਾ ਉਹ ਦਾਇਰ ਕੀਤਾ ਗਿਆ ਸੀਗਾ, ਪਰ ਲੰਬਾ ਸਮਾਂ ਚੱਲੇ ਇਸ ਕੇਸ ਦੇ ਵਿੱਚ ਕੁੱਝ ਵੀ ਹਾਸਲ ਨਹੀਂ ਹੋਇਆ। ਇਹਨਾਂ ਵਿੱਚੋਂ 40 ਸਿੱਖਾਂ ਨੇ 11 ਦੇ ਵਿੱਚ ਮੁੜ ਕੇ ਸੈਸ਼ਨ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਔਰ 6 ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ April 2017 ਦੇ ਵਿੱਚ ਅਦਾਲਤ ਨੇ ਇਹਨਾਂ ਦੇ ਹੱਕ 'ਚ ਫੈਸਲਾ ਦਿੱਤਾ। ਇਹਨੂੰ ਹੁਣ CBI ਉੱਚ ਅਦਾਲਤ ਦੇ ਵਿੱਚ ਉਹਨੇ ਜਿਹੜੀ ਉਹ ਚੁਣੌਤੀ ਦੇ ਦਿੱਤੀ ਆ ਔਰ ਜਿਹੜੀ ਇਹ ਚੁਣੌਤੀ ਹੈਗੀ ਇਸ ਤੋਂ ਬਾਅਦ ਇਹ ਜਿਹੜੇ ਇੱਥੇ ਜੋਧਪੁਰ ਦੇ ਵਿੱਚ ਨਜ਼ਰਬੰਦ ਸਨ ਉਹਨਾਂ ਦੇ ਵਿੱਚ ਬੇਚੈਨੀ ਜਿਹੜੀ ਹੈ ਉਹ ਪਾਈ ਜਾ ਰਹੀ ਆ। ਜਿਹੜੇ 3 ਵਿਅਕਤੀ ਨੇ ਜੀ ਜਿਹਨਾਂ ਦੇ ਵਿੱਚ ਤਰਸੇਮ ਸਿੰਘ ਖੇਲਾ, ਬੂਟਾ ਸਿੰਘ, ਜਸਵਿੰਦਰ ਸਿੰਘ ਜਿਹੜੇ ਨੇ, ਉਹਨਾਂ ਨੇ ਇਹ ਕਿਹਾ ਕਿ ਉਹ ਜਿਹੜੀ ਘਟਨਾ ਵਾਪਰੀ ਸੀ 1984 ਦੇ ਵਿੱਚ ਉਸ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਜੀ ਉਹ ਬਦਲ ਕੇ ਰੱਖ ਦਿੱਤੀ ਔਰ ਇਹ ਵੀ ਕਿਹਾ ਕਿ ਹੇਠਲੀ ਅਦਾਲਤ ਉਹਨਾਂ ਨੂੰ ਨਿਆਂ ਦਿੰਦਿਆਂ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀਗਾ, ਪਰ CBI ਦੀ ਜਿਹੜੀ ਚੁਣੌਤੀ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਜਿਹੜੀ ਜੀ ਉਹ ਕਹੀ ਜਾ ਸਕੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਰਾਜ ਦੀਆਂ ਸਰਕਾਰਾਂ ਨੇ ਉਹ ਤੇ ਕੇਂਦਰ ਦੀ ਸਰਕਾਰ ਜਿਹੜੀ ਇਸ ਮਾਮਲੇ ਦੇ ਵਿੱਚ ਦਖਲ ਦੇਵੇ ਤੇ CBI ਜਿਹੜੀ ਆ ਉਹ ਉੱਚ ਅਦਾਲਤ ਦੇ ਵਿੱਚ ਨਾ ਜਾਵੇ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਪਹਿਲਾਂ 84 ਕਦੋਂ ਤੋਂ ਲਾ ਲਓ ਤੁਸੀਂ ਉਦੋਂ ਤੋਂ ਕਿੰਨੀ ਦੇਰ ਤੱਕ ਇਹ ਜੇਲ੍ਹ ਦੇ ਵਿੱਚ ਬੰਦ ਰਹੇ। 11 'ਚ ਜਾ ਕੇ ਇਹਨਾਂ ਨੇ ਜਿਹੜਾ ਸੀਗਾ ਸੈਸ਼ਨ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ, 17 ਹੋ ਗਿਆ ਫੈਸਲਾ ਆਉਂਦਿਆਂ ਆਉਂਦਿਆਂ, ਤੇ ਜੇ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਤੇ ਪਤਾ ਨਹੀਂ ਅਗਲਾ ਦਹਾਕਾ ਜਾਂ ਡੂਢ ਦਹਾਕਾ ਇਹਨਾਂ ਨੂੰ ਹੋਰ ਜਿਹੜਾ ਉਹ ਇੰਤਜ਼ਾਰ ਕਰਨਾ ਪੈ ਸਕਦਾ ਜੀ। ਤੇ 125,000 ਕਰੋੜ ਦੇ ਡੁੱਬੇ ਕਰਜ਼ਿਆਂ ਤੇ ਬੈਂਕਾਂ ਨੇ ਲੀ ਫੇਰੀ। ਜਨਤਕ ਖੇਤਰ ਦੇ ਬੈਂਕਾਂ ਨੇ 17-18 ਦੇ ਵਿੱਚ 1,20,000 ਕਰੋੜ ਰੁਪਈਏ ਦੇ ਮੁੱਲ ਦੇ ਜਿਹੜੇ ਕਰਜ਼ੇ ਆ ਉਹਦੇ ਉੱਤੇ ਲੀਕ ਫੇਰੀ ਆ। ਸਰਕਾਰੀ ਅੰਕੜੇ ਕਹਿੰਦੇ ਆ ਕਿ ਰਕਮ ਬੈਂਕਾਂ ਨੂੰ ਹੋਏ ਕੁੱਲ ਘਾਟੇ ਦੀ ਮਾਮਲੇ 'ਚ 140% ਵਾਧਾ। ਇੱਕ ਦਹਾਕੇ 'ਚ ਪਹਿਲੀ ਵਾਰੀ ਹੋਇਆ ਜਦੋਂ ਜਨਤਕ ਖੇਤਰ ਦੇ ਬੈਂਕਾਂ ਨੂੰ ਮੋਟੀ ਰਕਮ ਦੇ ਵੱਟੇ ਖਾਤੇ 'ਚ ਪਾਉਣੀ ਪਈ ਆ ਔਰ ਭਾਰੀ ਨੁਕਸਾਨ ਜਿਹੜਾ ਉਹ ਸਹਿਣਾ ਪਿਆ। ਜਨਤਕ ਖੇਤਰ ਦੇ 21 ਬੈਂਕਾਂ ਨੇ 16-17 ਤੱਕ ਸਾਂਝੇ ਤੌਰ ਦੇ ਉੱਤੇ ਮੁਨਾਫ਼ਾ ਕਮਾਇਆ ਸੀਗਾ, ਪਰ 17-18 ਦੇ ਵਿੱਚ ਉਹਨਾਂ ਨੂੰ ਇਕੱਠਿਆਂ 85,370 ਕਰੋੜ ਰੁਪਈਏ ਦਾ ਘਾਟਾ ਪਿਆ। 16-17 ਦੇ ਦੌਰਾਨ ਸਰਕਾਰੀ ਬੈਂਕਾਂ ਨੇ 81,683 ਕਰੋੜ ਰੁਪਈਏ ਦੇ ਡੁੱਬੇ ਕਰਜ਼ਿਆਂ ਦੇ ਉੱਤੇ ਲੀਕ ਫੇਰੀ ਸੀ, ਜਦੋਂ ਕਿ ਉਹਨਾਂ ਨੂੰ 473 ਕਰੋੜ ਤੇ 72 ਲੱਖ ਰੁਪਈਏ ਦਾ ਮੁਨਾਫ਼ਾ ਹੋਇਆ ਸੀਗਾ। ਰੇਟਿੰਗ ਏਜੰਸੀ ਇਕਰਾ ਇਹ ਕਹਿੰਦੀ ਹੈ ਕਿ 17-18 ਦੇ ਵਿੱਚ ਭਾਰਤੀ ਸਟੇਟ ਬੈਂਕ ਨੇ ਇਕੱਲਿਆਂ ਹੀ 40,196 ਕਰੋੜ ਰੁਪਈਏ ਦੇ ਡੁੱਬੇ ਕਰਜ਼ਿਆਂ ਤੇ ਲੀਕ ਫੇਰੀ, ਜਿਹੜੀ ਕਿ ਵੱਟੇ ਖਾਤੇ 'ਚ ਪਾਉਣ ਦਾ ਕਰੀਬ 25% ਬਣਦੀ ਹੈ। ਇਸ ਤੋਂ ਬਾਅਦ ਕੇਨਰਾ ਬੈਂਕ ਨੇ 83,10 ਕਰੋੜ, ਪੰਜਾਬ ਨੈਸ਼ਨਲ ਬੈਂਕ ਨੇ 7,407 ਕਰੋੜ ਔਰ ਬੈਂਕ ਆਫ ਬੜੌਦਾ ਨੇ 49,48 ਕਰੋੜ ਜਿਹੜੇ ਦੀ ਉਹਨਾਂ ਦੇ ਉੱਤੇ ਲੀਕ ਫੇਰੀ। ਇੰਡੀਅਨ ਓਵਰਸੀਜ਼ ਬੈਂਕ ਨੇ 10,307 ਕਰੋੜ ਰੁਪਈਏ ਦੇ ਡੁੱਬੇ ਕਰਜ਼ਿਆਂ ਦੇ ਉੱਤੇ ਲੀਕ ਫੇਰੀ। ਬੈਂਕ ਆਫ ਇੰਡੀਆ ਨੇ 90,93 ਕਰੋੜ, IDBI ਨੇ 6,32 ਕਰੋੜ, ਅਲਾਹਾਬਾਦ ਬੈਂਕ ਨੇ 3,638 ਕਰੋੜ ਰੁਪਈਏ ਦਾ ਨੁਕਸਾਨ ਜਿਹੜਾ ਹੋਇਆ। ਭਾਰਤੀ ਰਿਜ਼ਰਵ ਬੈਂਕ ਨੇ ਇਹਨਾਂ ਬੈਂਕਾਂ ਤੇ 7 ਹੋਰ ਬੈਂਕਾਂ ਦੇ ਖਿਲਾਫ਼ ਫੌਰੀ ਸੁਧਾਰ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਆ। ਸਰਕਾਰੀ ਅੰਕੜਿਆਂ ਦੇ ਮੁਤਾਬਕ ਬੈਂਕਾਂ ਨੇ 13-14 ਦੇ ਵਿੱਚ 34,409 ਕਰੋੜ ਰੁਪਈਏ ਦੇ ਕਰਜ਼ਿਆਂ ਦੇ ਲੀਕ ਫੇਰੀ। ਅਗਲੇ 5 ਸਾਲਾਂ ਦੇ ਦੌਰਾਨ ਇਹ ਅੰਕੜਾ ਜਿਹੜਾ ਉਹ 4 ਗੁਣਾ ਵੱਧ ਗਿਆ। 14-15 ਦੇ ਵਿੱਚ ਬੈਂਕਾਂ ਨੇ 49,018 ਕਰੋੜ ਰੁਪਈਏ, 15-16 'ਚ 57,585 ਕਰੋੜ ਰੁਪਈਏ ਦੇ ਕਰਜ਼ਿਆਂ ਦੇ ਉੱਤੇ ਲੀਕ ਜਿਹੜੀ ਉਹ ਫੇਰੀ। ਔਰ ਕਿਸੇ ਰਕਮ ਦੇ ਉੱਤੇ ਲਕੀਰ ਫੇਰਨ ਦਾ ਮਤਲਬ ਇਹ ਹੁੰਦਾ ਜੀ ਕਿ ਬੈਂਕ ਉਹਦੇ ਬਦਲੇ 'ਚ ਆਪਣੀ ਆਮਦਨ ਦੇ ਨਾਲ ਪ੍ਰਬੰਧ ਕਰ ਲੈਂਦਾ ਤੇ ਇਵੇਂ NPA ਬੈਲੈਂਸ ਸ਼ੀਟ ਦਾ ਹਿੱਸਾ ਜਿਹੜਾ ਜੀ ਉਹ ਨਹੀਂ ਰਹਿ ਜਾਂਦਾ। ਪਿਛਲੇ ਦਿਨਾਂ ਤੋਂ ਇਹ ਮਾਮਲਾ ਜਿਹੜਾ ਜੀ ਉਹ ਸਿਆਸੀ ਤੌਰ ਦੇ ਉੱਤੇ ਵੀ ਮਗਦਾ ਰਿਹਾ। ਰਾਹੁਲ ਗਾਂਧੀ ਹੋਰੀ ਇਹੀ ਕਹਿੰਦੇ ਰਹੇ ਨੇ ਕਿ 125,000 ਕਰੋੜ ਰੁਪਈਆ ਜਿਹੜਾ ਜੀ ਉਹ ਮਾਫ਼ ਕੀਤਾ ਗਿਆ। ਮਾਫ਼ ਤੋਂ ਮਤਲਬ NPA ਜਿਹੜਾ ਜੀ ਨੋਨ ਪਰਫੋਰਮਿੰਗ ਐਸੈਟ, ਇਹ ਇੱਕ ਕਿਸਮ ਦੇ ਨਾਲ ਮਾਫ਼ੀ ਕਹਿ ਲਓ ਜਾਂ ਲੀਕ ਫੇਰਨ ਵਾਲੀ ਗੱਲ ਹੈ। ਇਹ ਵੱਡੇ ਲੋਕਾਂ ਦੇ ਕਰਜ਼ਿਆਂ ਦੇ ਉੱਤੇ ਲੀਕ ਜਿਹੜੀ ਹੈ ਉਹ ਫੇਰੀ ਗਈ ਆ। ਇਹਦੇ ਵਿੱਚ ਕੋਈ ਉਹ ਮਾਮਲਾ ਸ਼ਾਮਿਲ ਨਹੀਂ ਜਿਹਦੇ ਵਿੱਚ
ਇਹ ਹੋਵੇ ਕਿ ਕਿਸਾਨਾਂ ਦਾ ਕੋਈ ਕਰਜ਼ਾ ਜਿਹੜਾ ਮੁਆਫ਼ ਕੀਤਾ ਗਿਆ ਜਾਂ ਕਿਸੇ ਗਰੀਬ ਬੰਦੇ ਦਾ ਕੋਈ ਜਿਹੜਾ ਕਰਜ਼ਾ ਮੁਆਫ਼ ਕੀਤਾ ਗਿਆ, ਇਸ ਤਰ੍ਹਾਂ ਨਹੀਂ ਹੈ। ਇਹ ਮਹਿਜ਼ ਤੁਸੀਂ ਇਹ ਕਹਿ ਲਓ ਕਿ ਵੱਡੇ ਲੋਕ ਨੇ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਨੇ ਜਿਹਨਾਂ ਦੇ ਕਰਜ਼ੇ ਜਿਹੜੇ ਨੇ ਉਹ ਇਸ ਕਿਸਮ ਦੇ ਨਾਲ ਉਹਨਾਂ ਦਾ ਖਹਿੜਾ ਉਹਨਾਂ ਕਰਜ਼ਿਆਂ ਤੋਂ ਛੁਡਵਾ ਦਿੱਤਾ ਗਿਆ ਜੀ। ਤੇ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਤੋਂ ਗੁੜ ਖਰੀਦਣ ਖੁਦ ਲੋਕ ਆਉਂਦੇ ਨੇ, ਐਕਚੁਅਲੀ ਜਿਹੜੇ ਕਿਸਾਨ ਆ ਜੀ ਉਹ ਮੰਨਦੇ ਤਾਂ ਹੈ ਨੀ ਗੇ ਜਿਹੜੇ ਇੱਥੋਂ ਵਾਲੇ, ਹਾਂ ਪਤਾ ਨੀ ਕਿੰਨੀ ਕੁ ਦੇਰ ਜਿਹੜਾ ਜੀ ਉਹ ਨਹੀਂ ਮੰਨਣਗੇ। ਯਾਦ ਹੈ ਕਿ ਸਰਦਾਰਾ ਸਿੰਘ ਜੌਹਲ ਹੋਰਾਂ ਨੇ ਇੱਕ ਵਾਰੀ ਗੱਲ ਜਿਹੜੀ ਲਿਖੀ ਸੀਗੀ ਕਿ ਇਦੋਂ ਪਹਿਲਾਂ ਕਿ ਪਾਣੀ ਖਤਮ ਹੋ ਜੇ ਝੋਨੇ ਦੀ ਫਸਲ ਜਿਹੜੀ ਜੀ ਲਾਉਣੀ ਬੰਦ ਕਰ ਦਿਓ, ਤੇ ਕਿਸੇ ਨੇ ਸਵਾਲ ਪੁੱਛਿਆ ਸੀ ਫਿਰ ਕਿਹੜੀ ਫਸਲ ਜਿਹੜੀ ਬੀਜੀਏ ਇਹ ਵੀ ਦੱਸ ਦਿਓ, ਤੇ ਉਹਨਾਂ ਨੇ ਕਿਹਾ ਸੀ ਜਿਹੜੀ ਤੁਸੀਂ ਬਿਨਾਂ ਪਾਣੀ ਤੋਂ ਜਦੋਂ ਪਾਣੀ ਮੁੱਕ ਜੂਗਾ ਜਿਹੜੀ ਉਦੋਂ ਬੀਜਣ ਲੱਗ ਜਾਓਗੇ ਉਹ ਹੁਣ ਬੀਜੋ। ਉਹਨਾਂ ਦੀ ਗੱਲ ਸੁਣੀ ਤਾਂ ਨਹੀਂ ਗਈ, ਪਰ ਅੱਜ ਹਾਲਾਤ ਜਿਹੜੇ ਜੀ ਹੌਲੀ ਹੌਲੀ ਜਿਸ ਕਿਸਮ ਦੇ ਬਣ ਰਹੇ ਆ, ਪੰਜਾਬ ਰੇਗਿਸਤਾਨ ਵੱਲ ਨੂੰ ਵੱਧ ਰਿਹਾ, ਉਸ ਮੌਕੇ ਦੇ ਉੱਤੇ ਕੁਛ ਲੋਕ ਜਿਹੜੇ ਆ ਜੀ ਉਹ ਮਾੜਾ ਮੋਟਾ ਇਹ ਇੰਨਾ ਜ਼ਰੂਰ ਕਹਿ ਲਓ ਕਿ ਟਿਮਟਮਾਉਂਦੇ ਡੀਵੇ ਵਰਗੇ ਆ, ਕਿਤੇ ਕਿਤੇ ਕੁਛ ਲੋ ਜਿਹੜੀ ਆ ਉਹ ਫੈਲਾ ਰਹੇ ਆ। ਮੈਂ ਕੱਲ ਵੀ ਇੱਕ ਇਸੇ ਤਰ੍ਹਾਂ ਦੇ ਕਿਸਾਨ ਦੀ ਗੱਲ ਕੀਤੀ ਸੀਗੀ, ਇਹ ਕਿਸਾਨ ਜਿਹੜਾ ਜੀ ਮਕੇਰੀਆਂ ਖੇਤਰ ਦੇ ਵਿੱਚ ਨਮੋਲੀ ਹਾਰ ਦਾ ਹੈ ਪ੍ਰਹਲਾਦ ਸਿੰਘ, 22 ਏਕੜ ਰਕਬੇ ਦੇ ਵਿੱਚ ਇਹ ਔਰਗੈਨਿਕ ਖੇਤੀ ਕਰਕੇ ਲੋਕਾਂ ਦੀ ਸਿਹਤ ਜਿਹੜੀ ਜੀ ਉਹ ਸੁਧਾਰ ਰਿਹਾ। ਉਹਦਾ ਲਾਇਆ ਹੋਇਆ ਜਿਹੜਾ ਪਲਾਂਟ ਹੈ ਉਹਦੇ ਵਿੱਚ ਬਣਨ ਵਾਲੇ ਗੁੜ ਤੇ ਸ਼ੱਕਰ ਦੀ ਐਡਵਾਂਸ ਬੁਕਿੰਗ ਹੋ ਜਾਂਦੀ ਆ, ਔਰ ਇਹ ਇੱਦਾਂ ਯੂਨਿਟ ਲਾਉਣ ਵਾਲੇ ਲਈ ਜਿਹੜਾ ਆਸਟ੍ਰੇਲੀਆ ਤੇ ਦੁਬਈ ਤੋਂ ਵੀ ਕਿਸਾਨ ਜਿਹੜੇ ਆ ਉਹ ਉਹਦੇ ਨਾਲ ਰਾਬਤਾ ਕਰਦੇ ਆ। ਪ੍ਰਹਲਾਦ ਸਿੰਘ ਇਹ ਕਹਿੰਦਾ ਵੀ 98 ਦੇ ਵਿੱਚ ਉਹਨੇ 7 ਏਕੜ ਪੁਸ਼ਤੈਨੀ ਖੇਤੀ ਦੇ ਵਿੱਚ ਖੇਤੀ ਕਰਨੀ ਜ਼ਮੀਨ 'ਚ ਖੇਤੀ ਕਰਨੀ ਸ਼ੁਰੂ ਕੀਤੀ ਸੀਗੀ, ਇਦੋਂ ਬਾਅਦ ਉਹਨੇ 15 ਏਕੜ ਜ਼ਮੀਨ ਲੀਜ਼ ਤੇ ਲੈ ਕੇ ਗੰਨਾ ਕਣਕ ਤੇ ਦਾਲਾਂ ਵਰਗੀਆਂ ਰਵਾਇਤੀ ਫਸਲਾਂ ਬੀਜਣੀਆਂ ਸ਼ੁਰੂ ਕੀਤੀਆਂ। ਇੰਟਰ ਕ੍ਰੋਪਿੰਗ ਤਕਨੀਕ ਦੇ ਨਾਲ ਸਬਜ਼ੀਆਂ ਤੇ ਫੁੱਲ ਲਾ ਕੇ ਮੁਨਾਫਾ ਕਮਾਇਆ। ਦੋ ਕਨਾਲ ਖੇਤਰ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੀ ਸਲਾਹ ਦੇ ਅਨੁਸਾਰ ਨੈੱਟ ਹਾਊਸ ਦੇ ਰਾਹੀਂ ਫੁੱਲਾਂ ਤੇ ਸਬਜ਼ੀਆਂ ਦੀ ਖੇਤੀ ਵੀ ਕੀਤੀ। ਖੇਤੀਬਾੜੀ ਵਿਭਾਗ ਦੇ ਨਾਲ ਉਹਨੇ ਸਿੰਗਲ ਬੱਡ ਪਲਾਂਟੇਸ਼ਨ ਸਿਸਟਮ ਦੇ ਰਾਹੀਂ 8 ਫੁੱਟ ਤੇ 3 ਫੁੱਟ ਦੇ ਫਾਸਲੇ ਦੇ ਨਾਲ ਗੰਨਾ ਲਾ ਕੇ ਸਬਜ਼ੀਆਂ ਵੀ ਬੀਜੀਆਂ ਵਿੱਚ ਉਹਦੇ ਬਾਕੀ ਜਿਹੜਾ ਉਹ ਗੰਨਾ, ਜਿਹਦੇ ਨਾਲ ਉਹਨੇ 1,40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਨਾਫਾ ਕਮਾਇਆ। ਘੱਟ ਪੈਸਟੀਸਾਈਡ ਦੀ ਵਰਤੋਂ ITM ਦੀ ਵਿਧੀ ਦੇ ਨਾਲ ਉਹਨੇ ਆਪਣੇ ਮੁਨਾਫੇ ਨੂੰ ਕਈ ਗੁਣਾ ਜਿਹੜਾ ਜੀ ਉਹ ਵਧਾ ਲਿਆ। ਪਾਣੀ ਦੀ ਘੱਟ ਵਰਤੋਂ ਵਾਲੀਆਂ ਹਲਦੀ, ਬਰੋਕਲੀ, ਅਦਰਕ, ਲਸਣ ਵਰਗੀਆਂ ਫਸਲਾਂ ਜਿਹੜੀਆਂ ਜੀ ਉਹ ਲਾਉਂਦਾ, ਔਰ ਉਹਨੇ ਜਿਹੜਾ ਜੀ ਇੰਡੀਅਨ ਇੰਸਟੀਚਿਊਟ ਆਫ ਸ਼ੂਗਰ ਰਿਸਰਚ ਲਖਨਊ ਤੋਂ ਸਿਖਲਾਈ ਲੈ ਕੇ ਗੁੜ ਸ਼ੱਕਰ ਯੂਨਿਟ ਤੋਂ ਸਭ ਤੋਂ ਵੱਧ ਮੁਨਾਫਾ ਜਿਹੜਾ ਜੀ ਉਹ ਕਮਾਇਆ। ਉਹਦੀ ਖੇਪ ਆਉਂਦਿਆਂ ਸਾਰੀ ਜਿਹੜੀ ਹੈ ਜੀ ਉਹ ਵਿਕ ਜਾਂਦੀ ਹੈ, ਔਰ ਅਗਲੀ ਦੀ ਐਡਵਾਂਸ ਬੁਕਿੰਗ ਜਿਹੜੀ ਉਹ ਹੋ ਚੁੱਕੀ ਹੋਈ ਹੈ। ਯੂਨਿਟ ਲਾਉਣ ਲਈ ਆਸਟ੍ਰੇਲੀਆ ਤੇ ਦੁਬਈ ਤੋਂ ਵੀ ਕਿਸਾਨਾਂ ਨੇ ਉਹਦੇ ਨਾਲ ਜਿਹੜਾ ਜੀ ਉਹ ਸੰਪਰਕ ਕੀਤਾ, ਔਰ ਉਹ ਇਹ ਕਹਿੰਦਾ ਕਿ ਜਿਹੜੇ ਦੁਬਈ ਤੇ ਆਸਟ੍ਰੇਲੀਆ ਦੇ ਜਿਹੜੇ ਕਿਸਾਨ ਨੇ ਉਹ ਵੇਖ ਕੇ ਉਹਦਾ ਜਿਹੜਾ ਪਲਾਂਟ ਸੀਗਾ ਜੀ ਉਹਨੂੰ ਬੜਾ ਖੁਸ਼ ਹੋਏ ਕਿ ਔਰਗੈਨਿਕ ਖੇਤੀ ਦੇ ਨਾਲ ਕਿਵੇਂ ਮੁਨਾਫਾ ਜਿਹੜਾ ਜੀ ਉਹ ਕਮਾਇਆ ਜਾ ਸਕਦਾ। ਕੁਛ ਲੋਕ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਜਿਹੜੇ ਆਪੋ ਆਪਣੇ ਤੌਰ ਦੇ ਉੱਤੇ ਯਤਨਾਂ ਦੇ ਵਿੱਚ ਨੇ ਕਿ ਕਿਸੇ ਤਰੀਕੇ ਦੇ ਨਾਲ ਲੋਕ ਬਚਾਏ ਜਾ ਸਕਣ, ਪੰਜਾਬ ਦੀ ਧਰਤੀ ਜਿਹੜੀ ਹੈ ਜੀ ਉਹ ਬਚਾਈ ਜਾ ਸਕੇ। ਪਰ ਸਵਾਲ ਇਹੀ ਹੈ ਕਿ ਜਦੋਂ ਕਿਸੇ ਨੂੰ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਪੰਜਾਬ ਸਲਾਹ ਦਿੰਦੇ ਹੋ ਪਰਾਲੀ ਨਾ ਸਾੜਨ ਦੀ ਜਾਂ ਔਰਗੈਨਿਕ ਖੇਤੀ ਦੀ, ਉਹ ਅੱਗੋਂ ਜਿਹੜਾ ਜੀ ਤੁਹਾਨੂੰ ਭੱਜ ਕੇ ਐਵੇਂ ਪੈਂਦਾ ਜਿਵੇਂ ਉਹਨੂੰ ਇਸ ਤਰ੍ਹਾਂ ਦੀ ਕੋਈ ਸਲਾਹ ਦੇ ਕੇ ਜਿਹੜਾ ਜੀ ਗੁਨਾਹ ਹੋ ਗਿਆ ਜੀ। ਜੀ ਅਤੇ ਬਲਤੇਜ ਪੰਨੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ, ਤੁਸੀਂ ਸਾਡੇ ਨਾਲ ਖਬਰਾਂ ਦੇ ਬੁਲੇਟਿਨ ਦੇ ਵਿੱਚ ਜੁੜੇ ਜੀ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਜੀ ਜੀ। ਅਤੇ ਸਰੋਤਿਓ ਅੱਜ ਦਾ ਇਹ ਖਬਰ ਤੇ ਨਜ਼ਰ ਦਾ ਬੁਲੇਟਿਨ ਇੱਥੇ ਸਮਾਪਤ ਹੁੰਦਾ ਗਏ, ਮਿਲੇਗੇ ਜੀ ਅਗਲੇ ਬੁਲੇਟਿਨ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ, ਸੁਣਦੇ ਰਹੋ ਪੰਜਾਬੀ ਰੇਡੀਓ USA।